ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਮੈਂ ਹਾਂ ਮੋਨੀ ਗਿੱਲ। ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕੁਮ। ਮੈਂ ਹਾਂ ਕੁਲਦੀਪ ਗਿੱਲ ਔਰ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਚਲੋ ਜੀ, ਮਿਸਿਸ ਗਿੱਲ, ਮਿਸਿਸ ਮਿਸਟਰ ਗਿੱਲ, ਅਸੀਂ ਅੱਜ ਜਿਹੜੇ ਸਾਡੇ ਪਿੱਛੇ ਪਿਆਰੇ ਪਿਆਰੇ ਖੇਤ ਲਹਿਰਾ ਰਹੇ ਨੇ, ਉਹਦੇ ਤੋਂ ਕੀ ਤੁਹਾਨੂੰ ਅੰਦੇਸ਼ਾ ਹੋ ਰਿਹਾ? ਚਲੋ ਅੱਜ ਤੁਹਾਨੂੰ ਅਸੀਂ ਆਪਣੇ ਪਿਆਰੇ ਪੰਜਾਬ 'ਚ ਲੈ ਕੇ ਚੱਲ ਰਹੇ। ਜੀ ਹਾਂ, ਪਹਿਲੀ ਗੱਲ ਤਾਂ ਜਿਹੜੇ ਸਾਡੇ ਵਿਊਅਰਸ ਨੇ ਸਾਰਿਆਂ ਨੂੰ, ਵਿਸਾਖੀ ਦੇਸ਼ ਪ੍ਰਦੇਸ਼ ਬੈਠੇ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ। ਅਤੇ ਇਹੀ ਚਾਹਵਾਂਗੇ ਕਿ ਇਸ ਵਿਸਾਖੀ ਸਾਰਿਆਂ 'ਤੇ ਚੜ੍ਹਦੀ ਕਲਾ ਵਾਲਾ ਰਹੇ ਔਰ ਅੱਛਾ ਵਕਤ ਆਵੇ ਸਾਰਿਆਂ 'ਤੇ। ਇਹ ਇੱਕ ਦੁਆ ਹੈਗੀ ਸਾਡੇ ਮਾਈ ਟੀ ਵੀ ਵੱਲੋਂ। ਸਿੱਖਾਂ ਦਾ ਇਹ ਹੈਪੀ ਨਿਊ ਈਅਰ ਹੈਗਾ ਅਤੇ ਸਾਡੇ ਸਾਰਿਆਂ ਨੂੰ, ਪੂਰੇ ਸਿੱਖ ਪੰਥ ਨੂੰ, ਪੂਰੀ ਦੁਨੀਆ ਨੂੰ, ਸਾਰੇ ਜਹਾਨ ਨੂੰ ਵਿਸਾਖੀ ਮੁਬਾਰਕ ਜੀ। ਔਰ ਇਹ ਵਕਤ ਐਸਾ ਹੈ ਕਿ ਸਾਡੀ ਕੰਟਰੀਆਂ ਦੇ ਵਿੱਚ ਬੜਾ ਹੀ ਜ਼ੋਰ ਸ਼ੋਰ ਨਾਲ ਮਨਾਉਂਦੇ ਨੇ ਔਰ ਮਨਾਇਆ ਕਰਦੇ ਸੀ। ਪੁਰਾਣੇ ਜ਼ਮਾਨੇ 'ਚ ਤਾਂ ਕਿਆ ਹੀ ਬਾਤ ਸੀ, ਮੇਲੇ ਹੁੰਦੇ ਨੇ। ਲੇਕਿਨ ਅਸੀਂ ਪ੍ਰਦੇਸ਼ 'ਚ ਰਹਿੰਦੇ ਹਾਂ ਜੀ, ਅਸੀਂ USA ਦੇ ਵਿੱਚ ਰਹਿੰਦੇ ਹਾਂ, ਅਸੀਂ ਕੋਈ ਕਮੀ ਨਹੀਂ ਛੱਡੀ। ਅਸੀਂ USA ਨੂੰ ਵੀ ਇੰਡੀਆ ਬਣਾ ਦਿੱਤਾ, ਪੰਜਾਬ ਬਣਾ ਦਿੱਤਾ, ਅਸੀਂ ਲਿਟਰਲੀ ਪੰਜਾਬ ਵੀ ਬਣਾ ਦਿੱਤਾ ਜੀ। ਦੇਖੋ, ਅੱਜ 14 ਤਰੀਕ ਹੈ ਅਤੇ ਕੱਲ੍ਹ 15 ਤਰੀਕ ਪਹਿਲਾ ਮੇਲਾ ਜੀ ਸਾਡਾ ਬੜਾ ਹੀ ਕਲੋਜ਼ ਪ੍ਰਿੰਸ ਵਿਲੀਅਮ ਗੁਰਦੁਆਰੇ ਮਨੈਸਿਸ ਗੁਰੂ ਘਰ 'ਤੇ ਮਨਾਇਆ ਜਾ ਰਿਹਾ ਅਤੇ ਇਵੈਂਟ ਫ੍ਰੀ ਹੈਗਾ ਅਤੇ ਸਰਦਾਰ ਦਵਿੰਦਰ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਨੇ ਇਹ ਅਰੇਂਜ ਕੀਤਾ ਅਤੇ ਜਿਹੜੀ ਵੀ DMV ਏਰੀਏ 'ਚ ਲੋਕ ਰਹਿੰਦੇ ਨੇ ਪਲੀਜ਼ ਇੱਥੇ ਮੇਲੇ 'ਤੇ ਜ਼ਰੂਰ ਪਹੁੰਚਣਾ ਕਿਉਂਕਿ ਤੁਸੀਂ ਸਾਰੇ ਹੋ ਅਤੇ ਮੇਲੇ ਨੇ ਜੀ। ਕਹਿੰਦੇ ਮੇਲੇ ਮਿੱਤਰਾਂ ਦੇ, ਯਾਰਾਂ ਦੇ ਅਤੇ ਤੁਹਾਡੇ ਸਾਰਿਆਂ ਦੇ ਨੇ ਜੀ। ਅਤੇ ਇਹ ਗੱਲ ਬਿਲਕੁਲ ਸਹੀ ਕਹੀ ਹੈ ਕੁਲਦੀਪ ਨੇ, ਕਿਉਂਕਿ ਹੁਣ ਸਪੈਸ਼ਲੀ ਜਿੱਥੇ ਅਸੀਂ ਰਹਿੰਦੇ ਹਾਂ DMV ਦੇ ਵਿੱਚ ਬਹੁਤ ਮੁਸ਼ਕਿਲ ਨਾਲ ਬਹੁਤ ਅੱਛਾ ਵੈਦਰ ਆਉਂਦਾ। ਸੋ ਇਹ ਸੀਜ਼ਨ ਐਸਾ ਹੈ ਕਿ ਆਪਣੇ ਕੋਟ ਸ਼ੋਟਸ ਛੱਡ ਕੇ ਬਸ ਨਿਕਲੋ, ਘਰੋਂ ਬਾਹਰ ਨਿਕਲੋ ਔਰ ਆਪਣੀ ਪੰਜਾਬੀ ਅਵਤਾਰ ਦੇ ਵਿੱਚ ਆਵੋ ਔਰ ਗੁਰਦੁਆਰਿਆਂ ਦੇ ਵਿੱਚ ਵੀ ਮੇਲਿਆਂ ਦਾ ਆਨੰਦ ਮਾਣੋ। ਅਤੇ ਪਲੱਸ ਇਹ ਸਿਰਫ ਗੁਰਦੁਆਰਿਆਂ ਤੱਕ ਹੀ ਲਿਮਿਟ ਨਹੀਂ ਹੈ ਜੀ। ਜੀ ਹਾਂ, ਅਸੀਂ ਜੀ ਬੜੀ ਦੂਰ ਤੱਕ ਪਹੁੰਚ ਰੱਖਦੇ ਹਾਂ ਔਰ ਮੇਲਿਆਂ ਦੇ ਵਿੱਚ ਅਸੀਂ ਬਹੁਤ ਜ਼ੋਰ ਸ਼ੋਰ ਨਾਲ ਹਿੱਸੇ ਵੀ ਲੈਂਦੇ ਹਾਂ। ਇਹ ਇਕੱਲਾ ਇਹੀ ਮੇਲਾ ਨਹੀਂ ਹੁੰਦਾ, ਬਹੁਤ ਸਾਰੇ ਮੇਲੇ ਵਿਸਾਖੀ ਦੇ ਮਨਾਏ ਜਾਂਦੇ ਨੇ। ਹਰ ਗੁਰਦੁਆਰਾ, ਮੋਸਟਲੀ ਮੋਸਟ ਆਫ ਦਾ ਗੁਰਦੁਆਰਾ ਸੈਲੀਬ੍ਰੇਟ ਕਰਦੇ ਨੇ। ਇੱਕ ਜਿਹੜਾ ਗਿਆਨ ਸਾਗਰ ਗੁਰਦੁਆਰਾ ਹੈ, ਗੁਰੂ ਗਿਆਨ ਸਾਗਰ ਹੈ, 29th ਆਫ April, ਉੱਥੇ ਉਹ ਸੰਡੇ ਦਾ ਦਿਨ ਹੈ, ਮਨਾਇਆ ਜਾ ਰਿਹਾ। ਲੇਕਿਨ ਗੁਰਦੁਆਰੇ ਸਿਰਫ ਮੇਲੇ ਮਨਾਉਣ ਨਾ ਪਹੁੰਚੋ, ਸਵੇਰੇ ਆਓ, ਕੀਰਤਨ 'ਚ ਵੀ ਬੈਠੋ, ਕਿਉਂਕਿ ਇਹ ਜਿਹੜਾ ਸਿੱਖੀ ਧਰਮ ਇਹ ਮੀਰੀ ਪੀਰੀ ਦੇ ਨਾਲ ਚੱਲਦਾ ਹੈਗਾ ਅਤੇ ਥੋੜ੍ਹਾ ਸ਼ਬਦ ਕੀਰਤਨ ਵੀ ਸੁਣੋ ਔਰ ਥੋੜ੍ਹੀ ਬਾਣੀ ਵੀ ਸੁਣੋ ਔਰ ਦੇਖੋ ਕਿ ਸਾਡੇ ਗੁਰੂਆਂ ਨੇ ਕਿਵੇਂ ਇਹ ਵਿਸਾਖੀ ਕਿਵੇਂ ਕੀ ਇਹਦੇ ਪਿੱਛੇ ਪੂਰੀ ਹਿਸਟਰੀ ਹੈ ਉਹਦੇ ਬਾਰੇ ਤੁਹਾਨੂੰ ਤਾਂ ਜਾਣਕਾਰੀ ਹੈ, ਆਪਣੇ ਬੱਚਿਆਂ ਨੂੰ ਜ਼ਰੂਰ ਇਹਦੀ ਜਾਣਕਾਰੀ ਕਰਵਾਓ। ਯਾ ਬਿਲਕੁਲ ਸਹੀ ਗੱਲ ਹੈ, ਕੁਲਦੀਪ ਨੇ ਬਿਲਕੁਲ ਸਹੀ ਗੱਲ ਕੀਤੀ ਕਿ ਹੱਸਣਾ ਖੇਡਣਾ ਤਾਂ ਲਾਈਫ ਦਾ ਹੈ ਹੀ ਹੈ ਮੋਟੋ, ਲੇਕਿਨ ਉਹਦੇ ਵਿੱਚ ਅਗਰ ਥੋੜ੍ਹਾ ਜਿਹਾ ਤੁਸੀਂ ਆਪਣੇ ਰੱਬ ਵੱਲੇ ਵੀ ਥੋੜ੍ਹਾ ਜਿਹਾ ਧਿਆਨ ਦੇ ਦਵੋ, ਵਿਚ ਇਜ਼ ਉਹਦੇ ਆਮ ਵਰਕਿੰਗ ਔਨ ਇਟ ਐਜ਼ ਵੈਲ। ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ। ਕਹਿੰਦੇ ਨੇ ਕੋਸ਼ਿਸ਼ ਹੀ ਕਾਮਯਾਬ ਹੋਤੀ ਹੈ, ਵਾਅਦੇ ਤੋਂ ਅਕਸਰ ਟੁੱਟ ਜਾਇਆ ਕਰਤੇ ਹੈ। ਅਤੇ ਕਿਆ ਬਾਤ ਹੈ, ਇਰਸ਼ਾਦ ਇਰਸ਼ਾਦ। ਤੇ ਮੈਂ ਕਿਹਾ ਕਿਉਂ ਨਾ ਕੁਲਦੀਪ ਗਿੱਲ ਤੇ ਅੱਜ ਇੱਕ ਸ਼ੇਰ ਸੁੱਟਿਆ ਜਾਵੇ। ਸ਼ੁਕਰ ਹੈ ਆ ਹੀ ਸ਼ੇਰ ਸੁੱਟਿਆ, ਦੂਜਾ ਨਹੀਂ ਸਿੱਟ ਛੱਡਿਆ। ਇੰਟਰਵਿਊ ਲਈ ਗਿਆ ਤੇ ਸਾਹਮਣੇ ਜਿਹੜਾ ਉਹਦਾ ਸੀਨੀਅਰ ਬੈਠੇ ਸੀ, ਉਹ ਕਹਿੰਦਾ ਮੈਨੂੰ ਇੱਕ ਗੱਲ ਦੱਸ, ਇੱਕ ਪਾਸੇ ਖਾਈ ਹੈ ਔਰ ਇੱਕ ਪਾਸੇ ਉੱਚਾ ਪਹਾੜ ਤੇ ਸਾਹਮਣੇ ਸ਼ੇਰ ਆ ਗਿਆ, ਫਿਰ ਤੂੰ ਕੀ ਕਰੇਗਾ? ਬੰਦਾ ਸੋਚ ਕੇ ਕਹਿੰਦਾ ਕਹਿੰਦਾ ਫਿਰ ਤਾਂ ਸ਼ੇਰ ਹੀ ਕਰੇਗਾ ਜੋ ਕਰੇਗਾ। ਉਹ ਹਿਸਾਬ ਹੈ ਕਿ ਮੀਆਂ ਬੀਬੀ ਦੇ ਸ਼ੇਰੋ ਸ਼ਾਇਰੀ 'ਚ ਤੇ ਸ਼ੇਰਨੀ ਹੀ ਕਰੇਗੀ ਜੋ ਕਰੇਗੀ, ਔਰ ਬਾਕੀ ਸਾਡੇ ਸਿੱਖਾਂ 'ਚ ਔਰਤ ਨੂੰ ਤਾਂ ਕਹਿ ਹੀ ਜਾਂਦਾ ਸਿੰਘਣੀ, ਲੇਕਿਨ ਜਿਹੜੀ ਰੀਅਲ ਵਿੱਚ ਜਿਹੜੀ ਸਿੰਘਣੀ ਹੈ, ਮਤਲਬ ਫੀਮੇਲ ਲਾਇਨ ਹੈਗੀ ਜਿਹੜੀ, ਉਹੀ ਸ਼ਿਕਾਰ ਕਰਦੀ ਹੈ, ਸ਼ੇਰ ਨਹੀਂ ਕਰਦਾ। ਸ਼ੇਰ ਤੇ ਸਾਡਾ ਗੱਲ ਵੇਲਾ, ਸ਼ਿਕਾਰ ਅਗਰ ਕਰਦੀ ਹੈ ਤੇ ਉਹ ਸ਼ੇਰ ਨਹੀਂ ਕਰਦੀ ਹੈ ਜੀ। ਤੇ ਚਲੋ ਆਪਾਂ ਹੁਣ ਇਸ ਸ਼ੇਰੋ ਸ਼ਾਇਰੀ ਚੋਂ ਬਾਹਰ ਨਿਕਲਦੇ ਆ ਔਰ ਅਸੀਂ ਦੱਸਾਂਗੇ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਭੰਗੜਾ ਪਰਫਾਰਮੈਂਸ ਤਿਆਰ ਕਰਦੇ ਨੇ, ਜਨਾਨੀਆਂ ਗਿੱਧਾ ਪਾਉਂਦੀਆਂ ਨੇ ਤੇ ਬੀ ਦੇਅਰ ਔਰ ਉਹਦੇ 'ਚ ਪਾਰਟੀਸਪੇਟ ਵੀ ਕਰੋ। ਅਗਰ ਤੁਹਾਨੂੰ ਨਹੀਂ ਆਉਂਦਾ ਤੁਸੀਂ ਸਾਨੂੰ ਵੀ ਪੁੱਛ ਸਕਦੇ ਹੋ ਜਾਂ ਅਸੀਂ ਤੁਹਾਨੂੰ ਕੋਈ ਸਕੂਲ ਗਾਈਡ ਕਰ ਸਕਦੇ ਹਾਂ ਕਿ ਕਿਹੜੇ ਸਕੂਲ 'ਚ ਜਾ ਕੇ ਤੁਸੀਂ ਭੰਗੜਾ ਜਾਂ ਗਿੱਧਾ ਸਿੱਖ ਸਕਦੇ ਹੋ।
ਤੇ ਬਹੁਤ ਜਲਦ ਤੀਆਂ ਆ ਰਹੀਆਂ ਨੇ ਜੀ, ਮੇਲਾ ਤੀਆਂ ਦਾ ਜਿਹੜਾ ਕਿ ਹਰ ਸਾਲ ਸਾਡੀ ਪੰਜਾਬੀ ਵੂਮੈਨ ਕਲਚਰਲ ਐਸੋਸੀਏਸ਼ਨ ਕਰਾਉਂਦੀ ਹੈਗੀ ਆ, ਅਗਸਤ ਦੇ ਪਹਿਲੇ ਹਫ਼ਤੇ 'ਚ ਆਉਣਾ ਹੈ, ਅਤੇ ਉਹਦੇ 'ਚ ਵੀ ਅਸੀਂ ਜਿਹੜੀ ਵੂਮੈਨ ਔਰਗਨਾਈਜੇਸ਼ਨ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੀਆਂ ਅਗਰ ਕੋਈ ਬਜ਼ੁਰਗ ਲੇਡੀਜ਼ ਨੇ ਜਾਂ ਕੋਈ ਯੰਗ ਬੱਚੇ ਨੇ ਉਹਨਾਂ ਨੂੰ ਗਿੱਧਾ ਸਿਖਾਇਆ ਜਾਵੇ, ਅਤੇ ਉਹ ਜੀ ਤੁਸੀਂ ਰਾਬਤਾ ਕਰ ਸਕਦੇ ਹੋ ਮੋਨੀ ਗਿੱਲ ਨੂੰ, ਤਾਂ ਕਿ ਅਸੀਂ ਤੁਹਾਨੂੰ ਫਰੀ ਆਫ ਕਾਸਟ ਅਸੀਂ ਉਹ ਤੁਹਾਨੂੰ ਗਿੱਧਾ ਸਿਖਾ ਸਕੀਏ। ਇੱਕ ਛੋਟਾ ਜਿਹਾ ਉਪਰਾਲਾ ਹੈ ਸਾਡੀ ਪੂਰੀ ਟੀਮ ਵੱਲੋਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ ਰੰਗ ਦੇ ਵਿੱਚ ਰੰਗ ਲਿੱਤਾ ਜਾਵੇ, ਔਰ ਹਰ ਕਿਸਮ ਦੇ ਜਿਹੜੇ ਤਿਉਹਾਰ ਜਿਹੜੇ ਅਸੀਂ ਬੈਕ ਹੋਮ ਮਨਾਇਆ ਕਰਦੇ ਸੀ, ਅਸੀਂ ਪਰਦੇਸ ਨੂੰ ਅਸੀਂ ਆਪਣੇ ਦੇਸ਼ ਨੂੰ ਦੇਸ਼ ਕਿਵੇਂ ਬਣਾਉਣਾ ਹੈ ਅਤੇ ਉਸੇ ਤਰੀਕੇ ਨਾਲ ਬਣਾਵਾਂਗੇ ਜਦੋਂ ਅਸੀਂ ਇੱਕ ਦੂਜੇ ਨਾਲ ਰਲ ਮਿਲ ਕੇ ਚੀਜ਼ਾਂ ਮਨਾਵਾਂਗੇ। ਵੈਲ ਮੈਂ ਤੁਹਾਨੂੰ ਗੱਲ ਦੱਸਿਆ, ਜਿਹੜੇ ਗੁਰਦੁਆਰੇ ਮੇਲੇ ਮਨਾਉਂਦੇ ਨੇ ਉਹਨਾਂ ਦੀ ਇੱਕ ਹੋਰ ਖਾਸ ਗੱਲ ਹੈ ਜੀ, ਟੋਟਲੀ ਫਰੀ ਤਾਂ ਹੁੰਦਾ ਹੀ ਨੇ, ਉੱਥੇ ਫੂਡ ਵੀ ਫਰੀ ਹੁੰਦਾ ਅਤੇ ਗੰਨੇ ਦਾ ਰਸ, ਜਲੇਬੀਆਂ, ਮਿਠਾਈਆਂ, ਅਤੇ ਉਹਨਾਂ ਨੇ ਕੋਸ਼ਿਸ਼ ਕਰਦੇ ਨੇ ਕਿ ਹਰ ਕਮੇਟੀ ਵਾਲੇ ਕਿ ਉਹਨੂੰ ਵਾਕਈ ਛੋਟਾ ਪੰਜਾਬ ਬਣਾਇਆ ਜਾਏ, ਅਤੇ ਮੈਂ ਉਹ ਸਾਰੇ ਪ੍ਰਬੰਧਕ ਕਮੇਟੀਆਂ ਨੂੰ ਜਿਹੜੇ ਵੀ ਗੁਰੂ ਘਰ ਕਰਵਾਉਂਦੇ ਨੇ ਉਹਨਾਂ ਦਾ ਥੈਂਕ ਯੂ ਕਰ ਰਿਹਾ ਕਿ ਇਹ ਕੁਝ ਸੱਜਣ ਜਿਹੜੇ ਮਿਲ ਕੇ ਕਰਦੇ ਨੇ, ਇਹਨਾਂ ਕਰਕੇ ਹੀ ਅਸੀਂ ਆਪਣਾ ਦੇਸ਼ ਪ੍ਰਦੇਸ਼ 'ਚ ਲੈ ਕੇ ਆਏ ਹਾਂ ਔਰ ਆਪਣਾ ਕਲਚਰ ਅਸੀਂ ਸੈਲੀਬ੍ਰੇਟ ਇੰਨੀ ਅੱਛੀ ਤਰੀਕੇ ਨਾਲ ਕਰਨਾ। ਅੱਜ ਕੱਲ੍ਹ ਤਾਂ ਪਰੇਡਾਂ ਵੱਡੇ ਵੱਡੇ ਸ਼ਹਿਰਾਂ 'ਚ ਵੀ ਸ਼ੁਰੂ ਹੋ ਗਈਆਂ ਨੇ। ਯਾ ਦੈਟਸ ਕਮੈਂਡੇਬਲ ਜੋਬ, ਨਿਊਯਾਰਕ ਤੋਂ ਪਹਿਲਾਂ ਸਭ ਤੋਂ ਵੱਡੀ ਪਹਿਲਾਂ ਨਿਊਯਾਰਕ 'ਚ ਹੋਇਆ ਕਰਦੀ ਸੀਗੀ। ਮੈਨੂੰ ਯਾਦ ਆਪਾਂ ਵੀ ਕਾਫੀ ਵਾਰ ਗਏ ਹਾਂ, ਇੱਥੋਂ ਬੱਸਾਂ ਚੱਲਦੀਆਂ ਨੇ ਗੁਰਦੁਆਰਿਆਂ ਤੋਂ, ਅਤੇ ਇਸ ਵਾਰ ਵੀ ਹੋ ਰਿਹਾ ਹੈਗਾ, ਆਈ ਥਿੰਕ ਇਟਸ ਔਨ 28th ਆਫ ਅਪ੍ਰੈਲ, ਹਨਾ, ਪਲੈਟਫਾਰਮ ਹੈ ਤੇ ਆਪਣੀ ਚੀਜ਼ਾਂ ਨੂੰ ਵੀ ਪ੍ਰਮੋਟ ਕੀਤਾ ਜਾਵੇ। ਸੋ ਡਾਂਸ ਯੂਐਸਏ ਡਾਂਸ ਹੋਣ ਜਾ ਰਿਹਾ ਜੀ, ਬਹੁਤ ਅੱਛਾ ਰਿਸਪੋਂਸ ਆਇਆ, ਬਹੁਤ ਸਾਰੇ ਬੱਚਿਆਂ ਨੇ ਵਿੱਚ ਇਨਰੋਲ ਵੀ ਕੀਤਾ, ਤੇ ਚਾਹਵਾਂਗੇ ਕਿ ਅਗੇਨ ਜਿਹੜੇ ਇਹ ਬਹੁਤ ਹਿਊਜ ਅਪਰਚੁਨਿਟੀ ਹੈਗੀ ਹੈ ਸਾਰੇ ਸਕੂਲਾਂ ਵਾਸਤੇ ਵੀ ਔਰ ਸਾਰੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ, ਇੰਡੀਵਿਜੁਅਲ ਵਾਸਤੇ ਵੀ, ਕਿਉਂ ਕਿਉਂਕਿ ਜੀ ਜ਼ੀ ਟੀਵੀ ਉਹਨਾਂ ਨੂੰ ਕਵਰ ਕਰੇਗਾ, ਟਾਪ ਆਫ ਦੈਟ ਮਾਈ ਟੀਵੀ ਰੇਡੀਓ ਵੀ ਉਹਨਾਂ ਨੂੰ ਕਵਰ ਕਰੇਗਾ, ਈਚ ਐਂਡ ਐਵਰੀ ਵਨ, ਅਸੀਂ ਉਹਨਾਂ ਦਾ ਇੰਟਰਵਿਊ ਲਵਾਂਗੇ ਔਰ ਰੇਡੀਓ 'ਤੇ ਵੀ ਬੁਲਾਵਾਂਗੇ। ਸੋ ਬੇਸਿਕਲੀ ਤੁਸੀਂ ਸਾਡੇ ਸਟਾਰ ਹੋ, ਯੂ ਨੋ, ਜਿਹੜੇ ਵੀ ਜਿਹੜੇ ਬੱਚੇ ਉਸ 'ਚ ਪਾਰਟੀਸਪੇਟ ਕਰਨਗੇ। ਪ੍ਰੋਮੋਟਰ ਨੇ ਮੈਕਡੋਨਲਡ 5678 ਮੀਡੀਆ ਗਰੁੱਪ, ਇਹਨਾਂ ਦਾ ਥੈਂਕ ਯੂ ਕਿ ਇਹ ਪੂਰੇ ਅਮੈਰੀਕਾ 'ਚ ਸ਼ੋਅ ਕਰਾ ਰਹੇ ਨੇ, ਅਤੇ ਇਹਨਾਂ ਨੇ 28 ਤਰੀਕ ਦਾ ਜਿਹੜਾ ਇਵੈਂਟ ਹੈ ਉਹ ਸਾਡੇ ਹਵਾਲੇ ਕੀਤਾ ਕਿ ਅਸੀਂ ਇਹਨੂੰ ਪ੍ਰਮੋਟ ਕਰੀਏ, ਕੇਐਮ ਪਾਰਸ ਐਂਟਰਟੇਨਮੈਂਟ। ਤੇ ਮੈਂ ਇਹ ਵੀ ਕਹੂੰਗਾ ਕਿ ਭੰਗੜਾ ਟੀਮਾਂ ਨੂੰ ਤਿਆਰ ਹੋ ਜਾਓ, ਬਹੁਤ ਹੀ ਐਨਰਜੈਟਿਕ ਟੀਮਾਂ ਨੇ ਇੱਥੇ ਦੀਆਂ ਲੋਕਲ, ਅਗਰ ਇਹ ਵੀ ਆ ਕੇ ਉੱਥੇ ਆਪਣਾ ਰੰਗ ਬੰਨਣ। ਸੋ ਜਿਵੇਂ ਦੱਸਿਆ ਕਿ 28 ਨੂੰ ਨਿਊਯਾਰਕ ਹੋ ਰਹੀ ਹੈ, ਲੇਕਿਨ ਜਿਹੜੇ ਵਾਸ਼ਿੰਗਟਨ ਦੇ ਲੋਕ ਨੇ ਉਹ ਜਿਹੜੇ ਨਹੀਂ ਜਾ ਸਕਦੇ, ਚਿੰਤਾ ਨਾ ਕਰੋ ਕਿਉਂਕਿ ਤੁਹਾਡੇ ਵਾਸਤੇ ਇੱਥੇ ਵੀ ਇੰਤਜ਼ਾਮ ਹੈ। 21 ਮਈ, 21 ਮਈ ਨੂੰ ਵਾਸ਼ਿੰਗਟਨ DC 'ਚ ਪਰੇਡ ਹੋ ਰਹੀ ਹੈ। ਸੋ ਆਪਾਂ ਪਰੇਡ 'ਚ ਕੀ ਹੋ ਰਿਹਾ, ਹੋਰ ਵਿਸਾਖੀ ਆਪਾਂ ਕਿਵੇਂ ਮਨਾਉਣੀ, ਕਿਵੇਂ ਅੱਗੇ ਲੈ ਕੇ ਜਾਣੀ, ਇੱਕ ਛੋਟੀ ਜਿਹੀ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਤੁਹਾਨੂੰ ਆ ਕੇ ਮਿਲਣਾ। ਵੈਲਕਮ ਬੈਕ ਗਾਇਸ, ਤੁਸੀਂ ਸੁਣ ਰਹੇ ਹੋ ਔਰ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਸੁਣਨ ਨੂੰ ਦੇਖਣ ਤੋਂ ਮੈਂ ਤੁਹਾਨੂੰ ਇਹ ਗੱਲ ਦੱਸਾਂ, ਸਭ ਤੋਂ ਪਹਿਲਾਂ ਜਿਨ੍ਹਾਂ ਕੋਲ ਵੀ ਆਈਫੋਨ ਨੇ, ਐਂਡਰੋਇਡ ਫੋਨ ਨੇ, ਸਾਡੀ ਐਪ ਡਾਊਨਲੋਡ ਕਰੋ ਜੀ। ਐਪ ਦਾ ਨਾਮ ਹੈਗਾ TV ਰੇਡੀਓ, ਐਪ ਡਾਊਨਲੋਡ ਕਰੋ ਤੇ ਅਸੀਂ ਬਿਲਕੁਲ ਤੁਹਾਡੇ ਸਾਹਮਣੇ ਆ ਜਾਾਂਗੇ ਜੀ। ਤੁਸੀਂ 24 ਘੰਟੇ ਸਾਡਾ ਰੇਡੀਓ ਸੁਣ ਸਕਦੇ ਹੋ, ਜਿੰਨੇ ਵੀ ਸਾਡੇ ਸ਼ੋਜ਼ ਨੇ ਉਹ ਤੁਸੀਂ ਆਪਣੇ ਟਾਈਮ ਦੇ ਹਿਸਾਬ ਨਾਲ ਦੇਖ ਸਕਦੇ ਹੋ। ਯੈਸ, ਸੋ ਪਲੀਜ਼ ਇਸ ਐਪ ਨੂੰ ਡਾਊਨਲੋਡ ਕਰੋ, ਮਾਈ TV ਰੇਡੀਓ। ਅੱਜ ਕੱਲ੍ਹ ਦੁਨੀਆ ਇੰਨੀ ਛੋਟੀ ਹੋ ਗਈ ਹੈ, ਪਹਿਲਾਂ ਤਾਂ ਇਨਸਾਨ ਕਹਿੰਦਾ ਸੀ ਤੂੰ ਮੇਰੀ ਸੋਚ ਤੈਂ, ਹੁਣ ਕਹਿੰਦੇ ਕਿ ਤੂੰ ਮੇਰੇ ਹੱਥ 'ਚ ਹੈ, ਕਿਉਂਕਿ ਹੱਥ 'ਚ ਆਈਫੋਨ ਆਉਂਦਾ ਹੈ, ਪੂਰਾ ਇੰਟਰਨੈਟ ਆਉਂਦਾ ਹੈ, ਗੂਗਲ ਲਾਈਵ ਚੈਟ ਕਰਦੇ ਨੇ, ਲਾਈਵ ਵੀਡੀਓ ਕਾਲਿੰਗ ਕਹਿ ਲਓ ਅਵੇਲੇਬਲ ਹੈ, ਵਿਚ ਇਜ਼ ਵੈਰੀ ਗੁੱਡ। ਦੋ ਫੀਮੇਲ ਤੁਹਾਡੇ ਨਾਲ ਨੇ, ਇੱਕ ਤਾਂ ਗੂਗਲ ਕੌਰ ਹੈ ਔਰ ਇੱਕ ਸਿਰੀ। ਯਾ ਆਫ ਕੋਰਸ, ਜੋ ਮਰਜ਼ੀ ਗੂਗਲ ਕੌਰ ਨੂੰ ਪੁੱਛ ਲਓ ਤੁਹਾਨੂੰ ਜਵਾਬ ਦੇ ਦੇਗੀ, ਜੋ ਮਰਜ਼ੀ 10 ਜਵਾਬ ਮਿਲਦੇ ਨੇ ਵਾਪਸ, ਤਾਂ ਹੀ ਗੂਗਲ ਕੌਰ ਕਿਹਾ ਗਿਆ ਉਹਨੂੰ। ਤੇ ਨਾਲ ਹੀ ਸਿਰੀ ਨੂੰ ਪੁੱਛ ਲਓ, ਸਿਰੀ ਸਾਰੇ ਜਵਾਬ ਤੁਹਾਡੇ ਸਾਹਮਣੇ ਲੈ ਆਉਂਦੀ ਹੈ ਜੀ। ਸੋ ਇੰਟਰਨੈਟ ਦਾ ਫਾਇਦਾ ਵੀ ਹੈ, ਬਹੁਤ ਫਾਇਦਾ ਐਕਚੁਅਲੀ, ਨੁਕਸਾਨ ਹੈ ਲੇਕਿਨ ਜ਼ਿਆਦਾ ਨਹੀਂ ਹੈ, ਯੰਗ ਬੱਚਿਆਂ ਲਈ ਹੈ ਥੋੜ੍ਹਾ ਜਿਹਾ, ਕਿਉਂਕਿ ਉਹ ਫੋਨ 'ਤੇ ਚੜੇ ਰਹਿੰਦੇ ਨੇ, ਰੋਟੀ ਨਹੀਂ ਖਾਣ ਆਉਂਦੇ, TV ਨਹੀਂ ਦੇਖਦੇ ਗੇ, ਹਰ ਮਾਂ ਦੇ ਇਹੀ ਇਸ਼ੂ ਨੇ ਜਿਹੜੇ ਕਿ ਮੇਰੇ ਵੀ ਨੇ, ਲੇਕਿਨ ਉਹਦੇ ਬੈਨੀਫਿਟ ਵੀ ਬਹੁਤ ਨੇ ਕਿ ਬੱਚੇ ਬਹੁਤ ਜ਼ਿਆਦਾ ਐਜੂਕੇਟਡ ਵੀ ਹੋ ਰਹੇ ਨੇ, ਕਿਉਂਕਿ ਉਹਨਾਂ ਨੂੰ ਲਿਟਰਲੀ ਅਗਰ ਨਿਊ ਬੋਰਨ ਤੋਂ ਬਾਅਦ ਅਗਰ ਤੁਸੀਂ 2-3 ਮਹੀਨੇ ਦਾ ਬੱਚਾ ਨਾ, ਉਹਨੂੰ ਪਤਾ ਕਿ ਮੈਂ ਸਵਾਈਪ ਕਰਕੇ ਫੋਨ ਔਨ ਕਰਨਾ। ਅਤੇ ਦੇਖ ਲਓ ਜੀ, ਅੱਜ ਕੱਲ੍ਹ ਜਨਰੇਸ਼ਨ ਸਾਡੀ ਇੰਨੀ ਫਾਸਟ ਆ ਰਹੀ ਹੈ, ਬੱਚਿਆਂ ਦੀ ਗੱਲ ਚੱਲੀ ਹੈ ਅਤੇ ਮੈਂ ਸਾਡੀ ਫੈਮਿਲੀ ਦੇ ਵਿੱਚ ਹੀ ਇਜ਼ਾਫਾ ਹੋ ਰਿਹਾ ਜੀ,
ਮੇਰੇ ਛੋਟੇ ਬ੍ਰਦਰ ਨਵਜੋਤ ਪਾਰਸ ਔਰ ਸਿਮਰਨ ਕੌਰ ਪਾਰਸ ਜੀ ਦੇ ਘਰ ਬੇਬੀ ਆਉਣ ਵਾਲਾ ਬਹੁਤ ਜਲਦ, ਸੋ ਉਹਨਾਂ ਦੋਨਾਂ ਨੂੰ ਵਧਾਈ ਹੋਵੇ। ਔਰ ਚਾਹੁੰਦੇ ਹਾਂ ਕਿ ਬਸ ਚੜ੍ਹਦੀ ਕਲਾ ਵਾਲਾ ਇਹ ਉਹਨਾਂ ਦੀ ਵਕਤ ਗੁਜ਼ਰੇ ਔਰ ਬਹੁਤ ਅੱਛਾ ਵਕਤ ਆਵੇ, ਮੁਰਾਦਾਂ ਮੰਨਦੀਆਂ ਪੂਰੀਆਂ ਹੋਣ। ਤੁਹਾਡੇ ਸਾਰਿਆਂ ਦੀ ਅਰਦਾਸ ਔਰ ਅਸੀਸ ਦੀ ਲੋੜ ਹੈ ਜੀ ਉਹਨਾਂ ਨੂੰ ਔਰ ਹਰ ਉਸ ਕਪਲ ਨੂੰ ਜਿਹੜਾ ਜਿਨ੍ਹਾਂ ਦੇ ਘਰੇ ਨਵੇਂ ਜੀ ਆ ਰਹੇ ਨੇ, ਵਿਸਾਖੀ ਤੇ ਇਸ ਤੋਂ ਅੱਛੀ ਖੁਸ਼ੀ ਦੀ ਖਬਰ ਨਹੀਂ ਹੋ ਸਕਦੀ। ਜੇਕਰ ਤੁਸੀਂ ਕਿਸੇ ਨੂੰ ਵਿਸ਼ ਕਰਨਾ ਹੈ ਤਾਂ ਡੂ ਦੈਟ ਸੋ, ਤੁਸੀਂ ਕੀ ਕਰਨਾ ਹੈ? ਜੀ ਹਾਂ, ਤੁਸੀਂ ਸਾਡੇ ਨਾਲ ਜੁੜਨਾ ਹੈ, ਜਾਂ ਫੋਨ ਕਰ ਸਕਦੇ ਹੋ ਤੁਸੀਂ, ਜਾਂ ਫਿਰ ਸਾਨੂੰ ਮੈਸੇਜ ਪਾ ਸਕਦੇ ਹੋ ਆਪਣੇ ਪਾਰਟਨਰ ਨੂੰ, ਆਪਣੇ ਕਿਸੇ ਦੋਸਤ ਮਿੱਤਰ ਨੂੰ, ਜਿਵੇਂ ਮੈਂ ਆਪਣੇ ਭਰਾ ਨੂੰ ਵਿਸ਼ ਕੀਤਾ, ਇੰਝ ਤੁਸੀਂ ਵਿਸ਼ ਕਰ ਸਕਦੇ ਹੋ। ਜੇ ਤੁਸੀਂ ਕਿਸੇ ਨੂੰ ਕੁਝ ਕਹਿਣਾ ਚਾਹੋ ਤਾਂ ਫੋਨ ਤੇ ਨਹੀਂ ਆ ਸਕਦੇ ਤੁਸੀਂ ਸਾਡੇ ਕੋਲ, ਤੁਸੀਂ ਸਾਨੂੰ ਇਨਬਾਕਸ ਕਰ ਦਿਓ ਮੈਸੇਜ, ਅਸੀਂ ਤੁਹਾਡਾ ਨਾਂ ਜੇ ਕਹੋਗੇ ਲੈ ਕੇ ਅੱਗੇ ਮੈਸੇਜ ਦੇ ਦਾਂਗੇ, ਜੇ ਨਹੀਂ ਕਹੋਗੇ ਤੇ ਨਹੀਂ ਦਾਂਗੇ, ਲੇਕਿਨ ਤੁਹਾਡਾ ਮੈਸੇਜ ਕਨਵੇ ਕਰ ਦਾਂਗੇ ਜੀ। ਸੋ ਆਪਾਂ ਚੱਲੀਏ ਵਿਸਾਖੀ ਤੇ ਬੈਕ। ਬਹੁਤ ਬਹੁਤ ਵੱਡੇ ਵੱਡੇ ਮੈਦਾਨਾਂ 'ਚ ਵੀ ਵਿਸਾਖੀ ਮਨਾਈ ਜਾ ਰਹੀ ਹੈ ਜੀ। ਮੇਲੇ 1, 2, 3 ਹੁਣ ਤਾਂ ਪਤਾ ਨਹੀਂ ਮੇਲੇ ਹੀ ਕਿੰਨੇ ਹੋਣ ਡੇ। ਮੈਨੂੰ ਲੱਗਦਾ ਵਿਸਾਖੀ ਜਿਹੜੀ ਤੋਂ ਆ ਰਿਹਾ ਅਪ੍ਰੈਲ ਤੋਂ ਸ਼ੁਰੂ ਹੋ ਕੇ ਅਗਸਤ ਤੱਕ ਚਲੀ ਜਾਂਦੀ ਜੀ। ਜਦ ਤੱਕ ਪੂਰੇ ਦੇਸ਼ਾਂ ਦੀ ਆਜ਼ਾਦੀ ਨਹੀਂ ਆਉਂਦੀ, ਇੰਡੀਆ ਪਾਕਿਸਤਾਨ ਦੀ, ਤਦ ਤੱਕ ਮਨਾਏ ਜਾਂਦੇ ਨੇ। ਉਸ ਤੋਂ ਬਾਅਦ ਫਿਰ ਆਜ਼ਾਦੀ ਦੇ, ਪਾਕਿਸਤਾਨੀ ਆਜ਼ਾਦੀ ਦੇ ਮੇਲੇ ਆਉਣ ਲੱਗ ਪੈਂਦੇ। ਮੈਨੂੰ ਤਾਂ ਇੱਕੋ ਜਿਹੇ ਲੱਗਦੇ ਨੇ, ਅਫਕੋਰਸ ਮੈਨੂੰ ਕੋਈ ਫਰਕ ਨਹੀਂ ਨਜ਼ਰ ਆਉਂਦਾ ਲੱਗਦਾ ਉਹਦੇ 'ਚ। ਦੋਨੋਂ ਮੇਲੇ ਇੱਕੋ ਜਿਹੇ ਹੁੰਦੇ ਨੇ, ਅੱਛੇ ਅੱਛੇ ਲੋਕ ਆਉਂਦੇ ਨੇ, ਹੱਸੀ ਖੇਡ ਮਜ਼ਾ ਕਹਿ ਲਓ ਸਭ ਕੁਛ ਹੁੰਦਾ ਉਹਦੇ 'ਚ। ਦੇਖੋ ਜੀ, ਸਾਡੇ ਲਈ ਤਾਂ ਪੰਜਾਬ ਇੱਕ ਹੈ, ਇੱਧਰਲਾ ਪੰਜਾਬ ਜਾਂ ਉੱਧਰਲਾ ਪੰਜਾਬ। ਮੈਨੂੰ ਉੱਧਰਲੇ ਪੰਜਾਬ ਤੋਂ ਇੱਕ ਗੱਲ ਯਾਦ ਆ ਗਈ ਹੈ, ਵਿਚ ਇਜ਼ ਵੈਰੀ ਸੈਡ ਨਿਊਜ਼। ਪਹਿਲਾਂ ਦਿਮਾਗ 'ਚ ਨਹੀਂ ਸੀ, ਲੇਕਿਨ ਸਡਨਲੀ ਦਿਲ ਕੀਤਾ ਕਿ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਪਾਕਿਸਤਾਨ ਦੇ ਵਿੱਚ ਇੱਕ ਸਿੰਗਰ ਲੇਡੀ ਨੂੰ ਜੀ ਗੋਲੀ ਮਾਰ ਕੇ ਥਾਂ 'ਤੇ ਖਤਮ ਕਰ ਦਿੱਤਾ ਗਿਆ, ਔਰ ਉਹ ਸਿੰਗਰ ਪ੍ਰੈਗਨੈਂਟ ਵੀ ਸੀਗੀ। ਸਿਰਫ ਉਹਦਾ ਕਸੂਰ ਕੀ ਸੀ ਕਿ ਉਹ ਬੈਠ ਕੇ ਗਾ ਰਹੀ ਸੀ ਅਤੇ ਇੱਕ ਬੰਦੇ ਨੇ ਥੱਲੋਂ ਆਡੀਅੰਸ 'ਚ ਉੱਠ ਕੇ ਕਿਹਾ ਜੀ ਮੈਂ ਤੂੰ ਖੜ੍ਹੀ ਹੋ ਕੇ ਗਾ, ਅਤੇ ਉਹਨੇ ਖੜ੍ਹੀ ਹੋ ਕੇ ਨਹੀਂ ਗਾਇਆ ਤਾਂ ਉਹਨੇ ਗੰਨ ਦੇ ਨਾਲ ਉਹਨੂੰ ਉੜਾ ਦਿੱਤਾ। ਉੜਾਉਣ ਦਾ ਮਤਲਬ ਕਿ ਉਹਨੂੰ ਸ਼ੂਟ ਕਰ ਦਿੱਤਾ, ਹੈ ਨਾ? ਅਤੇ ਮੈਂ ਪਿੱਛੇ ਜਿਵੇਂ ਸੀ ਕੁਛ ਟਾਈਮ ਪਹਿਲਾਂ ਅਸੀਂ ਆ ਗੰਨ ਇਸ਼ੂ ਦੇ ਉੱਤੇ ਅਸੀਂ ਲੈ ਕੇ ਆਉਂਦੇ ਹਾਂ, ਇੰਡੀਆ 'ਚ ਵੀ ਹੋਇਆ ਸੀ ਪਹਿਲੇ, ਉਹ ਵੀ ਕੁੜੀ ਪ੍ਰੈਗਨੈਂਟ ਸੀਗੀ। ਸੋ ਉਹ ਵਿਚਾਰੇ ਜਿਹੜੇ ਸਿੰਗਰ ਨੇ, ਜਿਹੜੇ ਆਰਟਿਸਟ ਨੇ, ਤੁਹਾਨੂੰ ਹੀ ਮਨੋਰੰਜਨ ਤੁਹਾਡਾ ਹੀ ਕਰਨ ਆਉਂਦੇ ਨੇ। ਦੇਖੋ ਹੁਣ ਗੱਲਾਂ 'ਚ ਗੱਲ ਨਿਕਲ ਆਈ ਤਾਂ ਅਸੀਂ ਅੱਜ ਕਹਿ ਰਹੇ ਹਾਂ ਕਿ ਹੁਣ ਢੋਲ ਧਮਾਕੇ ਡਾਂਸ ਪੰਜਾਬ ਸਾਰਾ ਭੰਗੜੇ ਆਉਣ ਵਾਲੇ ਨੇ, ਸਟੇਜ ਪ੍ਰੋਗਰਾਮ ਹੋਣ ਵਾਲੇ ਨੇ। ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਦੇ, ਇਹੋ ਜਿਹੇ ਇਵੈਂਟਸ 'ਤੇ ਪਲੀਜ਼ ਇਹੋ ਜਿਹੇ ਕੋਈ ਹਥਿਆਰ ਨਾ ਲੈ ਕੇ ਜਾਓ, ਕਿਉਂਕਿ ਸਾਡੇ ਵਾਲੇ ਪਾਸੇ ਜਿਹੜੇ ਪੰਜਾਬੀ ਨੇ ਉਹ ਖਾਣ ਪੀਣ ਵਾਲੇ ਨੇ ਬਹੁਤ ਜ਼ਿਆਦਾ, ਅਤੇ ਇਹੋ ਜਿਹੀ ਚੀਜ਼ ਨਾ ਲੈ ਕੇ ਜਾਓ, ਕਿਉਂਕਿ ਐਸੀ ਇਹ ਇਨਸਾਨ ਦਾ ਜਿਹੜਾ ਨੇਚਰ ਹੈ ਨਾ, ਗੁੱਸਾ ਇੱਕ ਐਸੀ ਚੀਜ਼ ਹੈ, ਜਾਂ ਈਗੋ ਕਿ ਅਰੇ ਇਹ ਖੜੀ ਨਹੀਂ ਹੋਈ ਮੈਨੂੰ ਸਾਰਿਆਂ ਸਾਹਮਣੇ, ਇੱਕ ਈਗੋ ਉਹਨੇ ਇੱਕ ਔਰਤ ਦੀ ਜਾਨ ਲੈ ਲਿੱਤੀ, ਔਰ ਉਹ ਬੰਦਾ ਹੁਣ ਖੁਦ ਵੀ ਜੇਲ੍ਹ 'ਚ ਹੈ, ਔਰ ਦੋ ਦੋ ਕਤਲਾਂ ਦੇ ਇਲਜ਼ਾਮ ਦੇ ਵਿੱਚ, ਕਿਉਂਕਿ ਸ਼ੀ ਵਾਜ਼ ਪ੍ਰੈਗਨੈਂਟ ਦੈਟ ਸਿੰਗਰ 'ਚ। ਇਸ ਮੁੱਦੇ ਨੂੰ ਮੈਂ ਤਾਂ ਲੈ ਕੇ ਆਈ ਹੈਗੀ ਹਾਂ ਕਿ ਜਿਹੜੇ ਸਿੰਗਰ ਨੇ ਉਹ ਤੁਹਾਡੇ ਇੰਟਰਟੇਨਮੈਂਟ ਵਾਸਤੇ ਨੇ, ਜਾਂ ਸਟੇਜ 'ਤੇ ਅਗਰ ਕੋਈ ਬੰਦਾ ਪਰਫੋਰਮ ਕਰ ਰਿਹਾ ਉਹ ਤੁਹਾਡੇ ਵਾਸਤੇ ਹੀ ਹੈ, ਪਬਲਿਕ ਵਾਸਤੇ ਹੀ ਹੈ, ਅਤੇ ਉਹ ਆਪਣਾ ਟਾਈਮ ਕੱਢ ਕੇ ਤੁਹਾਨੂੰ ਆਪਣਾ ਕੀਮਤੀ ਟਾਈਮ ਦੇ ਰਿਹਾ। ਮੈਂ ਸਮਝ ਸਕਦਾ ਕਿ ਤੁਸੀਂ ਜਦੋਂ ਕੋਈ ਸਿੰਗਰ ਆਉਂਦਾ ਕਿ ਤੁਹਾਨੂੰ ਇੰਝ ਲੱਗਦਾ ਕਿ ਯੂ ਨੋ ਇਹ ਸਾਡਾ ਸਿੰਗਰ ਹੈ, ਸਾਡੇ ਵਤਨ ਦਾ ਹੈ, ਸਾਡੇ ਦੇਸ਼ ਦਾ ਹੈ, ਸਾਨੂੰ ਇੱਕ ਨਾ ਇੱਕ ਥੋੜ੍ਹਾ ਜਿਹਾ ਡਿਸਟੈਂਸ ਰੱਖਣਾ ਚਾਹੀਦਾ, ਕਿਉਂਕਿ ਉਹ ਜਿਹੜਾ ਸਿੰਗਰ ਹੈ ਉਹ ਇੱਕ ਇਨਸਾਨ ਹੈ ਜੀ, ਉਹਦੇ ਆਪਣੇ ਵਿਚਾਰ ਨੇ, ਰੱਬ ਜਾਣੇ ਉਹ ਕਿਸ ਮੁਸੀਬਤ 'ਚੋਂ ਗੁਜ਼ਰ ਰਿਹਾ, ਲੇਕਿਨ ਫਿਰ ਵੀ ਉੱਥੇ ਆ ਕੇ ਪਰਫੋਰਮ ਕਰ ਰਿਹਾ, ਉਹਦੀ ਵੀ ਰੋਜ਼ੀ ਰੋਟੀ ਚੱਲਦੀ ਪਈ ਹੈ। ਸਾਨੂੰ ਰਿਸਪੈਕਟ ਕਰਨਾ ਚਾਹੀਦਾ, ਜਿਵੇਂ ਸਾਰੇ ਪ੍ਰੋਫੈਸ਼ਨ ਦਾ ਰਿਸਪੈਕਟ ਹੈ, ਉਹ ਵੀ ਰਿਸਪੈਕਟ ਹੋਣੀ ਜਿਹਦੇ ਤੋਂ ਫਿਰ ਹੱਥ ਜੋੜ ਕੇ। ਹੁਣ ਉਸ ਪੰਜਾਬ ਤੋਂ ਅਸੀਂ ਆਉਂਦੇ ਹਾਂ, ਇਸ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਜੀ। ਜਲੰਧਰ ਨੂੰ ਬਹੁਤ ਮੁਬਾਰਕਾਂ ਹੋਣ। ਜਲੰਧਰ ਨੇ ਇੱਕ ਹਵਾਈ ਕਹਿ ਲਓ ਉਡਾਨ ਭਰ ਲਿੱਤੀ ਹੈਗੀ ਹੈ ਦਿੱਲੀ। ਜੀ ਹਾਂ, ਹੁਣ ਜਲੰਧਰ ਤੋਂ ਵੀ ਫਲਾਈਟਾਂ ਚੱਲਣਗੀਆਂ ਦਿੱਲੀ, ਔਰ 1 ਘੰਟੇ 'ਚ ਤੁਸੀਂ ਪਹੁੰਚ ਜਾਓਗੇ, ਕਿਉਂਕਿ ਸਾਡੇ ਬਹੁਤ ਸਾਰੇ ਸਾਡੇ ਆਪਣੇ ਘਰ ਦੇ ਰਿਸ਼ਤੇਦਾਰ ਨੇ ਜਿਹੜੇ ਜਲੰਧਰ 'ਚ ਨੇ, ਔਰ ਉਹ ਜਦੋਂ ਉਹਨਾਂ ਨੇ USA ਜਾਂ ਕਿਤੇ ਬਾਹਰ ਦੀ ਫਲਾਈਟ ਲੈਣੀ ਹੁੰਦੀ ਹੈ ਤਾਂ ਉਹਨਾਂ ਨੂੰ ਦਿੱਲੀ ਆਉਣਾ ਪੈਂਦਾ ਸੀ, ਜਾਂ ਫਿਰ ਅੰਮ੍ਰਿਤਸਰ ਜਾਣਾ ਪੈਂਦਾ ਸੀ। ਆਈ ਥਿੰਕ ਬਹੁਤ ਜਲਦੀ ਉਹ ਆਪਣਾ ਲੁਧਿਆਣਾ ਤੋਂ ਵੀ ਸ਼ੁਰੂ ਕਰਨ ਲੱਗੇ ਨੇ, ਲੇਕਿਨ ਇਹ ਫਿਲਹਾਲ ਜਿਹੜੀ ਫਲਾਈਟ ਇਹ ਸ਼ੁਰੂ ਹੋ ਗਈ ਹੈ ਜੀ, ਬਿਲਕੁਲ। ਸੋ ਪੰਜਾਬ ਇੱਕ ਹੋਰ ਤਰੱਕੀ ਵਾਲੇ ਸਟੈਪ ਵੱਲ ਜਾ ਰਿਹਾ ਹੈ। ਬੁਕਿੰਗ ਓਪਨਿੰਗ ਫਰੋਮ ਟੂਡੇ April 14, ਔਰ ਇਹਨੇ 1 ਮਈ ਤੋਂ ਜੀ ਇਹਨਾਂ ਨੇ ਸ਼ੁਰੂ ਕਰ ਦੇਣੀ ਹੈਗੀ ਹੈ ਫਲਾਈਟ ਨੂੰ, ਔਰ ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਹੁਣ ਜਲੰਧਰ ਤੋਂ ਇੱਕ ਗੱਲ ਯਾਦ ਆਈ ਹੈ, ਮੈਂ ਥੋੜ੍ਹੀ ਜਿਹੀ ਫਨੀ ਗੱਲ ਹੈ, ਥੋੜ੍ਹੀ ਜਿਹੀ ਨੋਟੀ ਵੀ ਹੈ, ਪਰ ਸਾਡਾ ਪ੍ਰੋਗਰਾਮ ਦਾ ਨਾਮ ਹੀ ਹੈ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ, ਸੋ ਚਿਲ ਕਰਨਾ ਤਾਂ ਬਣਦਾ ਹੈ, ਰਾਈਟ? ਸੋ ਜਲੰਧਰ ਦੇ ਵਿੱਚ ਇੱਕ ਲੇਡੀ ਨੇ ਆਪਣੇ ਹਸਬੈਂਡ ਨੂੰ ਪਹਿਲਾਂ ਤਾਂ ਸੋਟਾ ਮਾਰ ਕੇ, ਸੋਟਾ ਮਤਲਬ ਡੰਡਾ। ਹਸਬੈਂਡ ਦਾ ਮੈਰਿਟਲ ਅਫੇਅਰ ਸੀਗਾ ਕਿਸੇ ਲੇਡੀ ਨਾਲ। ਮੈਨੂੰ ਦੱਸਣ ਤੋਂ ਨਾ ਥੋੜ੍ਹੇ ਮਜ਼ੇਦਾਰ, ਤੁਸੀਂ ਪੋਲ ਪਹਿਲੇ ਖੋਲ ਚੜੀ। ਸੋ ਜੀ, ਪਹਿਲਾਂ ਤਾਂ ਉਹਨੇ ਸੋਟਾ ਮਾਰ ਕੇ ਆਪਣੇ ਬੰਦੇ ਨੂੰ ਬੇਹੋਸ਼ ਕੀਤਾ, ਮੁੜ ਕੇ ਜਦੋਂ ਬੇਹੋਸ਼ ਹੋ ਗਿਆ ਤੇ ਉਹਦੇ ਪ੍ਰਾਈਵੇਟ ਪਾਰਟਸ ਨੂੰ ਛੁਰੀ ਨਾਲ ਕੱਟ ਕੇ, ਤੇ ਉਹਨੂੰ ਉੱਥੇ ਹੀ ਚੈਨ ਨਹੀਂ ਮਿਲਿਆ ਜੀ, ਤੇ ਉਹਨੇ
ਟਾਇਲਟ ਦੇ ਵਿੱਚ ਉਹਨਾਂ ਨੂੰ ਫਲੱਸ਼ ਵੀ ਕਰ ਦਿੱਤੇ ਤਾਂ ਕਿ ਉਹ ਰਿਕਵਰ ਨਾ ਹੋ ਸਕਣ, ਤਾਂ ਕਿ ਉਹ ਸਰਜਰੀ ਨਾ ਕੀਤੀ ਜਾ ਸਕੇ। ਮੇਕ ਸ਼ੋਰ ਕੀਤਾ ਕਿ ਨਾ ਰਹੇਗੀ ਬਾਸ, ਨਾ ਬਜੇਗੀ ਬਾਂਸਰੀ। ਸੋ ਮੈਨੂੰ ਜਿਹੜਾ ਭਾਈ ਸਾਹਿਬ ਨੇ ਅਫਸੋਸ ਵੀ ਹੋਣ ਡਿਆ ਕਿ ਯਾਰ ਇਹ ਸਭ ਹੋਣ ਡਿਆ, ਉਹ ਤਕਲੀਫ ਚ ਔਰਤ ਵਿਚਾਰੀ ਕਿੰਨੀ ਤਕਲੀਫ ਚ ਨਿਕਲੀ। ਦੋ ਦੋ ਔਰਤਾਂ ਨੂੰ ਖੁਸ਼ ਕਰ ਰਿਹਾ ਸੀ, ਹੁਣ ਕਿਸੇ ਨੂੰ ਵੀ ਨਹੀਂ ਕਰ ਪਾਏਗਾ, ਇਹ ਜ਼ਰੂਰ ਸੈਡ ਫੀਲ ਹੋ ਰਿਹਾ। ਲੇਕਿਨ ਐਸੀ ਚੀਜ਼ ਤੋਂ ਇੱਕ ਲੈਸਨ ਮਿਲਦਾ ਕਿ ਪਲੀਜ਼ ਔਰਤ ਨੂੰ ਟੈਸਟ ਨਾ ਕਰੋ, ਕਿਉਂਕਿ ਜਦੋਂ ਉਹ ਆਪਣੀ ਆਈ 'ਤੇ ਆ ਜਾਂਦੀ ਹੈ ਤਾਂ ਮਦਰ ਨੇਚਰ ਦਾ ਜਿਵੇਂ ਨਹੀਂ ਨਾ ਪਤਾ ਕਿ ਕਦੋਂ ਕੀ ਆ ਜਾਵੇ, ਕਦੋਂ ਕੀ ਹੋ ਜਾਵੇ। ਸੋ ਇੰਜੀ ਮਦਰ ਨੇਚਰ ਜਿਹੜੀ ਔਰਤ ਹੈ ਉਹ ਵੀ ਇੰਜੀ ਹੈ, ਅਨਪ੍ਰਡਿਕਟੇਬਲ ਹੈਗੀ ਹੈ। ਜੇ ਉਹਦੇ ਨਾਲ ਤੁਸੀਂ ਓਨਸਟ ਰਹੋਗੇ ਤਾਂ ਉਹ ਤੁਹਾਡੇ ਨਾਲ ਓਨਸਟ ਹੈ। ਸੋ ਰਿਸਪੈਕਟ ਈਚ ਅਦਰ, ਇੱਕ ਦੂਜੇ ਨੂੰ, ਅਗਰ ਤੁਹਾਡੀ ਨਹੀਂ ਨਿਭਦੀ, ਅਗਰ ਤੁਹਾਡੀ ਨਹੀਂ ਬਣਦੀ ਇੱਕ ਦੂਜੇ ਨਾਲ, ਸਿੰਪਲੀ ਇੱਕ ਦੂਜੇ ਨੂੰ ਕਹੋ ਕਿ ਅਸੀਂ ਸੈਪਰੇਸ਼ਨ ਲੈ ਲਈਏ ਜਾਂ ਅਸੀਂ ਡਿਵੋਰਸ ਲੈ ਲਈਏ। ਲੇਕਿਨ ਇਸ ਮੈਂ ਔਰਤ ਦਾ ਵੀ ਉਸ ਕਸੂਰ ਕੱਢਾਂਗੀ ਕਿ ਇਹ ਬਹੁਤ ਵੱਡੀ ਸਜ਼ਾ ਹੈ, ਇਹਨੂੰ ਹਲੇ ਤਾਂ ਰਿਅਲਾਈਜ਼ ਨਹੀਂ ਹੋਇਆ, ਲੇਡੀ ਨੂੰ ਹਲੇ ਨਹੀਂ ਰਿਅਲਾਈਜ਼ ਹੋਇਆ, ਲੇਕਿਨ ਉਹਨੂੰ ਹੋਏਗਾ ਜਦੋਂ ਉਹ ਪਲ ਪਲ ਤੜਪਦੇ ਦੇਖੇਗੀ ਆਪਣੇ ਹਸਬੈਂਡ ਨੂੰ। ਸੋ ਕੋਈ ਵੀ ਰੀਜ਼ਨ ਹੋਵੇ, ਕੋਈ ਵੀ ਰੀਜ਼ਨ ਹੋਵੇ, ਇਨਸਾਨੀ ਜਿਹੜੀ ਜਿਸਮ ਹੈ ਨਾ, ਰੀਜ਼ਨ ਇਹ ਹੈ ਕਿ ਕੋਈ ਵੀ ਰੀਜ਼ਨ ਹੋਵੇ, ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ ਕਿ ਅਸੀਂ ਕਿਸੇ ਦੀ ਜਾਨ ਲੈ ਲਈਏ। ਯੈਸ, ਜਾਂ ਜਾਨ ਵਾਂਗੂ ਕੋਈ ਅਜ਼ੀਜ਼ ਚੀਜ਼ ਹੈ ਉਹ ਹੀ ਲੈ ਲਈਏ। ਸੋ ਇਹ ਇੱਕ ਕਹਿ ਲਓ ਇਹ ਹਸਨ ਦਾ ਵੀ ਮੁੱਦਾ ਸੀਗਾ, ਔਰ ਇਹ ਇੱਕ ਸੀਰੀਅਸ ਮੈਟਰ ਵੀ ਹੈਗਾ ਕਿ ਅਗਰ ਤੁਹਾਡੀ ਆਪਸ 'ਚ ਨਹੀਂ ਬਣਦੀ ਤਾਂ ਐਟਲੀਸਟ ਤੁਸੀਂ ਆਪਣੇ ਆਪਣੇ ਰਸਤੇ ਜਾ ਸਕਦੇ ਹੋ, ਇੱਕ ਦੂਜੇ ਨੂੰ ਕਹਿ ਸਕਦੇ ਹੋ ਕਿ ਅਲਵਿਦਾ, ਮੇਰਾ ਤੇਰਾ ਇੰਨਾ ਹੀ ਲਿਖਿਆ ਸੀ, ਲੇਕਿਨ ਐਕਸਟ੍ਰੀਮ ਲੈਵਲ ਤੇ ਨਾ ਜਾਓ। ਹਾਂ, ਜ਼ਿਆਦਾ ਜ਼ਰੂਰੀ ਸੀਗਾ ਜਲੰਧਰ ਤੋਂ ਇੱਕ ਘੰਟੇ ਦੀ ਫਲਾਈਟ ਲੈ ਕੇ ਦਿੱਲੀ ਆ ਜਾਂਦੀ, ਰਾਈਟ, ਕਿਉਂਕਿ ਨਵੀਂ ਨਵੀਂ ਫਲਾਈਟਾਂ ਸ਼ੁਰੂ ਹੋਈਆਂ ਸੀ। ਸੋ ਲਓ ਜੀ, ਇੱਕ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਿਹੜੀ ਕਿ ਇਹ USA ਦੇ ਵਿੱਚ ਵੀ ਹੋ ਚੁੱਕੀ ਹੈ। ਵੈਲ, ਆਪਾਂ ਇੱਥੇ ਜ਼ਿਆਦਾ ਡਿਟੇਲ 'ਚ ਨਹੀਂ, ਆਪਾਂ ਖੁਸ਼ੀ ਵਾਲੇ ਮਾਹੌਲ 'ਚ ਹੈ, ਆਪਾਂ ਵਿਸਾਖੀ ਵਾਲੇ ਪਾਸੇ ਨੂੰ ਦੁਬਾਰਾ ਚੱਲਣੇ ਹੈਗੇ ਜੀ। ਇਹ ਸਿੱਖਾਂ ਨੇ ਬੜੇ ਧੂਮ ਧੜਾਕੇ ਨਾਲ ਮਨਾਉਣਾ ਹੈਗਾ, ਔਰ ਇਹ ਸਿੱਖਾਂ ਦਾ ਇਹ ਸਾਰਿਆਂ ਲਈ ਬਹੁਤ ਅੱਛਾ ਤਿਉਹਾਰ ਹੈਗਾ, ਸਾਰੇ ਤਿਉਹਾਰ ਬਹੁਤ ਅੱਛੇ ਨੇ। ਇਹ ਇੰਡੀਆ ਇੱਕ ਐਸਾ ਦੇਸ਼ ਹੈ, ਉੱਥੇ ਇੰਨੇ ਕਲਚਰ ਨੇ, ਇੰਨੀ ਬੋਲੀਆਂ ਨੇ, ਇੰਨੇ ਤਿਉਹਾਰ ਨੇ ਕਿ ਉੱਥੇ ਐਵਰੀ ਡੇ ਕੁਛ ਨਾ ਕੁਛ ਹੈਗਾ। ਅੱਜ ਵਿਸਾਖੀ ਹੈ, ਕੱਲ੍ਹ ਨੂੰ ਈਦ ਹੋਏਗੀ, ਚਾਂਦ ਰਾਤ ਹੋਏਗੀ। ਸੋ ਅਮੈਰੀਕਾ 'ਚ ਇੱਕ ਚੀਜ਼ ਸਾਨੂੰ ਦੇਖਣ ਨੂੰ ਮਿਲੀ ਹੈ, ਇੱਥੇ ਜਿਹੜੀ ਸਾਡੀ ਕਮਿਊਨਿਟੀ ਹੈ ਨਾ, ਉਹ ਸਿਰਫ ਦੇਸੀ ਕਮਿਊਨਿਟੀ, ਇੰਡੀਆ ਜਾਂ ਪੰਜਾਬ ਜਾਂ ਸਾਊਥ ਨਹੀਂ ਹੈ, ਇੱਥੇ ਇੰਡੀਆ ਪਾਕਿਸਤਾਨ ਦੀ ਮਿਲੀ ਕਮਿਊਨਿਟੀ ਹੈ। ਅਸੀਂ ਸਾਰੇ ਦਿਨ ਤਿਉਹਾਰ ਮਿਲ ਕੇ ਮਨਾਉਂਦੇ ਹਾਂ, ਤੁਸੀਂ ਲੋਕ ਸਰਪ੍ਰਾਈਜ਼ ਹੋਵੋਗੇ, ਆਪਸ 'ਚ ਉਹ ਦੇਸ਼ ਉੱਥੇ ਬੈਠੇ ਲੜੀ ਜਾਂਦੇ ਨੇ, ਔਰ ਇੱਥੇ ਅਸੀਂ ਇੱਕ ਦੂਜੇ ਨੂੰ ਪੁੱਛ ਕੇ ਦਿਨ ਤਿਉਹਾਰ ਮਨਾਉਂਦੇ ਹਾਂ। ਪ੍ਰੋਗਰਾਮਾਂ 'ਤੇ ਅਸੀਂ ਭੰਗੜੇ ਵੀ ਪਾ ਰਹੇ ਹੁੰਦੇ ਹਾਂ, ਸਾਡੀ ਟੀਮਾਂ ਉੱਥੇ ਗਈਆਂ ਹੁੰਦੀਆਂ, ਉਹਨਾਂ ਦੀ ਟੀਮਾਂ ਇੱਥੇ ਆਈਆਂ ਹੁੰਦੀਆਂ ਨੇ। ਸੋ ਇਹ ਰਲ ਮਿਲ ਕੇ ਹੁੰਦਾ, ਅਤੇ ਪਹਿਲਾਂ ਵੀ ਇੱਦਾਂ ਹੀ ਸੀਗਾ, ਅਸੀਂ ਇੱਕੋ ਹੀ ਕੰਟਰੀ ਸੀਗੀ, ਗੋਰਿਆਂ ਨੇ ਆ ਕੇ ਪਾੜ ਜ਼ਰੂਰ ਪਾਇਆ, ਲੇਕਿਨ ਉਹ ਪਾੜ ਉਹਨਾਂ ਨੇ ਤਾਂ ਪਾਇਆ, ਲੇਕਿਨ ਉਹ ਪਾੜ ਜਦ ਤੱਕ ਅਸੀਂ ਨਹੀਂ ਉਹਨੂੰ ਸਮਝਾਂਗੇ ਜਦ ਤੱਕ ਉਹ ਪਾੜ ਰਹੇਗਾ। ਸੋ ਅਸੀਂ ਉਸ ਚੀਜ਼ ਨੂੰ, ਸਾਡੇ ਵਿੱਚ ਹੈ ਕਿ ਅਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹਾਂ, ਇੱਕ ਇਨਸਾਨੀਅਤ ਦੇ ਤਰੀਕੇ ਨਾਲ ਬੀਇੰਗ ਹਿਊਮਨ ਦੇ ਨਾਲ ਲਈਏ। ਬੀਇੰਗ ਹਿਊਮਨ ਤੋਂ ਯਾਦ ਆਇਆ ਜੀ, ਸਲਮਾਨ ਖਾਨ, ਜੀ ਹਾਂ, ਸਲਮਾਨ ਖਾਨ ਬਹੁਤ ਜਲਦ ਆ ਰਹੇ ਨੇ ਤੁਹਾਡੇ ਸਿਟੀ 'ਚ। ਜੀ ਹਾਂ, DMV ਏਰੀਆ, ਗੈਟ ਰੈਡੀ ਫਾਰ ਸਲਮਾਨ ਖਾਨ। ਵਿਜੇ ਤਨੇਜਾ ਜੀ ਲੈ ਕੇ ਰਹੇ ਦਬੰਗ 2 ਦਾ ਟੂਰ, ਔਰ ਇਹ ਦੇਖਣ ਵਾਲਾ ਸ਼ੋਅ ਹੈ, ਦੇਖਣ ਵਾਲੀ ਕਾਨਸੈਪਟ ਹੈ। ਹੁਣ ਟਿਕਟਾਂ ਬੁੱਕ ਕਰ ਲਓ, ਕਿਉਂਕਿ ਇਹ ਟਿਕਟਾਂ ਸੋਲਡ ਆਊਟ ਹੋ ਜਾਣੀਆਂ ਨੇ, ਕਿਉਂਕਿ ਜਿਸ ਹਿਸਾਬ ਦੇ ਉਹਨਾਂ ਨੇ ਪ੍ਰਾਈਸਿਸ ਲਏ ਨੇ, ਜਿਵੇਂ ਟਿਕਟਾਂ ਜਾ ਰਹੀਆਂ ਨੇ, ਸਲਮਾਨ ਖਾਨ ਨੂੰ ਦੇਖਣ ਤੇ ਸਾਰੇ ਜਾਣਗੇ। ਜੀ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਜਾਵਾਂਗੀ, ਬਿਲਕੁਲ। ਸੋ ਮੈਂ ਤਾਂ ਆਪਣੀ ਟਿਕਟ ਆਲਰੇਡੀ ਲੈ ਲਿੱਤੀ ਹੈ, ਸੋ ਆਪਣੀ ਵੀ ਤੁਸੀਂ ਟਿਕਟਾਂ ਲਵੋ, ਕਿਉਂਕਿ ਜੇ ਨਿਕਲ ਗਈ ਆ ਫਿਰ ਰਿਗਰੈਟ ਤੁਹਾਡੀ ਜ਼ਿੰਦਗੀ ਭਰਦਾ ਰਹਿ ਜਾਏਗਾ। ਅਤੇ ਬਸ ਇਹੀ ਹੈ, ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਕਰਾਂਗੇ ਕਿ ਦਿਨ ਤਿਉਹਾਰ ਜਿਹੜਾ ਨੱਚਣ ਖੇਡਣ ਵਾਲਾ ਹੈਗਾ, ਡਾਂਸ USA ਡਾਂਸ 28 ਅਪ੍ਰੈਲ, 2 ਹਫ਼ਤੇ ਰਹਿ ਗਏ ਨੇ। ਰਜਿਸਟਰ ਨਾਓ, ਰਜਿਸਟਰ ਨਾਓ, ਕਮ ਦੇਅਰ, ਬੀ ਪਾਰਟ ਆਫ ਇਟ। ਅੱਜ ਆਪਾਂ ਉਹ ਜਿਹੜੇ ਪ੍ਰਮੋਟਰ ਨੇ ਉਹਨਾਂ ਇਹ ਵੀ ਦੱਸਿਆ ਕਿ ਵਾਸ਼ਿੰਗਟਨ ਵੀ ਡਾਂਸ ਕਰ ਸਕਦਾ, ਸਿਰਫ ਵਾਸ਼ਿੰਗਟਨ ਸਿਆਸਤ ਨਹੀਂ ਖੇਡਦਾ ਇੱਥੇ ਬੈਠ ਕੇ, ਜਾਂ ਪੈਂਟਾਗੋਨ 'ਚ ਲੜਾਈਆਂ ਦੇ ਫਾਰਮੂਲੇ ਨਹੀਂ ਬਣਦੇ ਹੈਗੇ, ਇੱਥੇ ਲੋਕ ਨੱਚਦੇ ਖੇਡਦੇ ਵੀ ਹੈਗੇ ਜੀ। ਵਾਸ਼ਿੰਗਟਨ DC 'ਚ ਬਹੁਤ ਟੈਲੈਂਟ ਹੈ, ਔਰ ਹੁਣ ਜਾਂਦੇ ਜਾਂਦੇ ਅਸੀਂ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਪੂਰੀ MyTV ਦੀ ਟੀਮ ਵੱਲੋਂ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ। ਫਿਰ ਮਿਲਦੇ ਹਾਂ, ਸੇਮ ਟਾਈਮ ਸੇਮ ਪਲੇਸ, ਸਤਿ ਸ਼੍ਰੀ ਅਕਾਲ।